ਸੂਬਾ ਬੀਸੀ ਹਾਊਸਿੰਗ ਤੇ ਮੈਟਰੋ ਵੈਨਕੂਵਰ ਹਾਊਸਿੰਗ ਰਾਹੀਂ ਲੋਕਾਂ ਲਈ ਕਫਾਇਤੀ ਘਰ ਬਣਾਉਣ ਦੇ ਲਈ ਮਿਲ ਕੇ ਕੰਮ ਕਰੇਗਾ ਹੋਮਸ ਫਾਰ ਪੀਪਲ ਯੋਜਨਾ ਰਾਹੀਂ ਘਰਾਂ ਨੂੰ ਤੇਜ਼ੀ ਨਾਲ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਲਗਭਗ 2000 ਕਫਾਇਤੀ ਘਰਾਂ ਦਾ ਨਿਰਮਾਣ ਹੋਵੇਗਾ ਇਹ ਪ੍ਰੋਜੈਕਟ ਬੀਸੀ ਸਰਕਾਰ ਦੁਆਰਾ ਡਾਲਰ 19 ਮਿਲੀਅਨ ਹਾਊਸਿੰਗ ਨਿਵੇਸ਼ ਦਾ ਹਿੱਸਾ ਹੈ ਜਿਸ ਵਿੱਚ 200 ਦੇ ਕਰੀਬ ਦਾ ਪੋਰਟ ਕੋਕਟਲਮ ਦੇ ਵਿੱਚ ਘਰ ਸ਼ਾਮਿਲ ਨੇ ਕਫਾਇਤੀ ਘਰ ਬਣਾਉਣ ਦੇ ਲਈ ਇਕੱਠੇ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਹਾਊਸਿੰਗ ਮੰਤਰੀ ਰਵੀ ਕਾਲੋ ਨੇ ਕਿਹਾ ਹੈ ਕਿ ਸਾਡੇ ਲਈ ਨਵੇਂ ਹੋਮਸ ਫਾਰ ਪੀਪਲ ਐਕਸ਼ਨ ਪਲਾਨ ਰਾਹੀਂ ਸਾਡੀ ਸਰਕਾਰ ਨੇ ਸੰਕੇਤ ਦਿੱਤੇ ਨੇ ਕਿ ਅਸੀਂ ਆਪਣੇ ਸੂਬੇ ਵਿੱਚ ਘਰਾਂ ਦੀ ਫੌਰੀ ਲੋਨ ਨੂੰ ਪੂਰਾ ਕਰਨ ਤੇ ਲੋਕਾਂ ਦੇ ਲਈ ਲੋੜੀਂਦੇ ਘਰਾਂ ਨੂੰ ਹੋਰ ਤੇਜ਼ੀ ਨਾਲ ਮੁਹੱਈਆ ਕਰਾਉਣ ਦੇ ਲਈ ਸਥਾਨਕ ਸਰਕਾਰਾਂ ਦੇ ਨਾਲ ਮਿਲ ਕੇ ਕੰਮ ਕਰਨ ਦੇ ਲਈ ਵਚਨਬੱਧਾ ਉਹਨਾਂ ਕਹੇ ਮੈਟਰੋ ਵੈਂਕੂਵਰ ਨਾਲ ਇਸ ਪਾਈ ਵਾਲੀ ਰਾਹੀਂ ਬਣਾਏ ਗਏ ਨਵੇਂ ਯੂਨਿਟ ਵਦੇਰੇ ਕਫਾਇਤੀ ਟਿਕਾਊ ਤੇ ਹੋਰ ਸੁਰੱਖਿਅਤ ਪਾਈਚਾਰਿਆ ਦਾ ਨਿਰਮਾਣ ਕਰਨ ਦੇ ਵਿੱਚ ਮਦਦ ਕਰਨਗੇ ਅਸੀਂ ਸੁਰੱਖਿਆ ਤੇ ਕਫਾਇਤੀਕਾਰ ਬਣਾਉਣ ਲਈ ਆਪਣੇ ਪਾਈ ਵਾਲਾਂ ਨਾਲ ਕੰਮ ਕਰਨਾ ਜਾਰੀ ਰੱਖਾਂਗੇ ਜੋ ਲੋਕਾਂ ਨੂੰ ਵਦਨ ਫੁੱਲਣ ਦੇ ਯੋਗ ਬਣਾਉਂਦਾ ਹੈ ਪ੍ਰੋਜੈਕਟਾਂ ਦਾ ਪਹਿਲਾ ਪੜਾ ਅਗਲੇ 3 ਸਾਲਾਂ ਵਿੱਚ ਡਾਲਰ 158 ਮਿਲੀਅਨ ਦੇ ਸੁਭਾਈ ਨਿਵੇਸ਼ ਦੇ ਸਹਿਯੋਗ ਨਾਲ 5 ਸਾਈਟਾਂ ਤੇ ਲਗਭਗ 660 ਨਵੇਂ ਘਰ ਪ੍ਰਦਾਨ ਕਰੇਗਾ ਬਾਦੂ ਸਾਈਟਾਂ ਲਈ ਹੋਰ ਮਿਲਣ ਵਾਲੀ ਫੰਡਿੰਗ ਦੀ ਕੋਸ਼ਨਾ ਤੋ ਬਾਅਦ ਵਿੱਚ ਕੀਤੀ ਜਾਏਗੀ ਮੈਟਰੋ ਵੈਨਕੂਵਰ ਆਉਣ ਵਾਲੇ 10 ਸਾਲਾਂ ਵਿੱਚ ਡਾਲਰ 217 ਮਿਲੀਅਨ ਤੋਂ ਵੱਧ ਮੁੱਲ ਦੀ ਜ਼ਮੀਨ ਅਤੇ ਨਕਦ ਇਕਵਿਟੀ ਦਾ ਯੋਗਦਾਨ ਪਾ ਰਿਹਾ ਹੈ ਤੇ ਫੈਡਰਲ ਫੰਡਿੰਗ ਨਾਲ ਮਿਲਣ ਵਾਲੀ ਸਹਾਇਤਾ ਦੇ ਤਾਲਮੇਲ ਦੇ ਵਿੱਚ ਵਧੇਰੇ ਲਾਭ ਉਠਾਉਣ ਲਈ ਕੰਮ ਕਰ ਰਿਹਾ ਹੈ ਇਸ ਸਬੰਧੀ ਹੋਰ ਵੀ ਉਪਰਾਲੇ ਕੀਤੇ ਜਾ ਰਹੇ ਨੇ ਮੈਟਰੋ ਵੈਂਕੂਵਰ ਬੋਰਡ ਆਫ ਡਾਇਰੈਕਟਰਸ ਦੇ ਚੇਅਰ ਜੋਰਜ ਹਾਰਵੀ ਨੇ ਕਿਹਾ ਹੈ ਕਿ ਸਾਡਾ ਖੇਤਰ ਵਧੇਰੇ ਬੱਤਰ ਹੋ ਰਹੇ ਰਿਹਾਇਸ਼ੀ ਸੰਕਟ ਵਿੱਚ ਫਸਿਆ ਹੋਇਆ ਹੈ ਤੇ ਮੈਟਰੋ ਵੈਂਕੂਵਰ ਸਾਡੇ ਹਾਊਸਿੰਗ ਪੋਰਟਫੋਲੀਓ ਦਾ ਅਹਿਮ ਤੌਰ ਤੇ ਵਿਸਤਾਰ ਕਰਨ ਲਈ ਕੰਮ ਕਰ ਰਿਹਾ ਹੈ ਇਸ ਸਬੰਧੀ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਗਈ ਤੇ ਕਿਹਾ ਗਿਆ ਕਿ ਬਹੁਤੇ ਲੋੜੀਂਦੇ ਘਰ ਬਣਾਉਣ ਲਈ ਮੈਟਰੋ ਵੈਨਕੂਵਰ ਦਾ ਸੂਬੇ ਦੇ ਨਾਲ ਸਾਂਝੇਦਾਰੀ ਕਰਨ ਵਿੱਚ ਇਤਿਹਾਸ ਰਿਹਾ ਹੈ ਸਲਾਲ ਲੈਂਡਿੰਗ ਦੇ ਉਦਘਾਟਨ ਦਾ ਜਸ਼ਨ ਮਨਾਉਣ ਲਈ ਪ੍ਰਤੀਨਿਧੀ ਮੌਜੂਦ ਸਨ ਸੂਬਾ ਬਿਲਡਿੰਗ BC ਕਮਿਊਨਿਟੀ ਹਾਊਸਿੰਗ ਫੰਡ ਰਾਹੀਂ ਪੋਰਟ ਕੋਕਟਲਮ ਦੇ ਵਿੱਚ ਘੱਟ ਤੇ ਮੱਧ ਆਮਦਨੀ ਵਾਲੇ ਪਰਿਵਾਰਾਂ ਬਜ਼ੁਰਗਾਂ ਤੇ ਅਪਾਹਜਤਾ ਵਾਲੇ ਲੋਕਾਂ ਲਈ 5 ਮੰਜ਼ਿਲਾ ਇਮਾਰਤ ਵਾਸਤੇ ਸਲ ਸਾਲ ਲੈਂਡਿੰਗ ਸਲਾਲ ਲੈਂਡਿੰਗ ਨੂੰ ਡਾਲਰ 7.9 ਮਿਲੀਅਨ ਪ੍ਰਦਾਨ ਕੀਤਾ ਜਾ ਰਿਹਾ ਹੈ 2481 ਵੈਸ਼ਲਰ ਐਵੇਨਿਊ ਤੇ ਸਥਿਤ ਇਸ ਇਮਾਰਤ ਵਿੱਚ ਸਟੂਡੀਓ, 1, 2 ਬੈੱਡਰੂਮ ਅਤੇ 3 ਬੈੱਡਰੂਮ ਵਾਲੇ ਘਰਾਂ ਦੇ ਮਿਸ਼ਰਣ ਨਾਲ 63 ਯੂਨਿਟ ਹੋਣਗੇ। ਸਿਟੀ ਆਫ ਪੋਰਟ ਕੋਕਟਲਮ ਕਈ ਤਰ੍ਹਾਂ ਦੀਆਂ ਰਿਹਾਇਸ਼ੀ ਕਿਸਮਾਂ ਤੇ ਕਾਰਜਕਾਲਾ ਦਾ ਸਮਰਥਨ ਕਰਦਾ ਹੈ ਜੋ ਇੱਥੇ ਰਹਿਣ ਵਾਲੇ ਲੋਕਾਂ ਲਈ ਵਿਭਿੰਨਤਾ ਦਾ ਮਾਹੌਲ ਬਣਾਉਂਦੇ ਨੇ। ਪੋਰਟ ਕੋਕਟਲਮ ਸ਼ਹਿਰ ਦੇ ਮੇਅਰ ਬ੍ਰੈਡਵਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਸਾਡੀ ਸਾਡਾ ਪਾਈਚਾਰਾ ਨੇੜਤਾ ਕਾਇਮ ਕਰਨ ਅਤੇ ਮੁਕੰਮਲ ਸਹਿਯੋਗ ਵਾਲਾ ਜੋ ਸਾਡੇ ਵੱਧ ਰਹੇ ਸ਼ਹਿਰ ਦਾ ਹਿੱਸਾ ਬਣਨ ਲਈ ਸਾਰਿਆਂ ਦਾ ਸਵਾਗਤ ਕਰਦਾ ਹੈ। ਮੈਟਰੋ ਕੂਵਰ ਸਲਾਲ ਲੈਂਡਿੰਗ ਦੀ ਮਲਕੀਅਤ ਅਤੇ ਉਸ ਦਾ ਸੰਚਾਲਨ ਕਰੇਗੀ ਬਸੰਤ ਯਾਨੀ 스프ਿੰਗ ਦੇ ਵਿੱਚ 2024 ਵਿੱਚ ਨਿਰਮਾਣ ਪੂਰੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਇਹ ਪ੍ਰੋਜੈਕਟ ਬੀਸੀ ਸਰਕਾਰ ਦੁਆਰਾ ਡਾਲਰ 19 ਬਿਲੀਅਨ ਹਾਊਸਿੰਗ ਨਿਵੇਸ਼ ਦਾ ਹਿੱਸਾ ਹੈ 2017 ਤੋਂ ਸੂਬੇ ਦੇ 74000 ਤੋਂ ਵੱਧ ਨਵੇਂ ਘਰ ਬਣਨ ਲੈ ਦਿੱਤੇ ਨੇ ਜੋ ਮੁਕੰਮਲ ਹੋ ਚੁੱਕੇ ਨੇ ਜਾਂ ਉਹਨਾਂ ਦੀ ਉਸਾਰੀ ਚੱਲ ਰਹੀ ਹੈ ਜਿਸ ਵਿੱਚ ਪੋਰਟ ਕੋਕਟਲੰਦੇ ਲਗਭਗ 200 ਘਰ ਸ਼ਾਮਿਲ ਨੇ ਨਿਸਰਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ